ਅੱਜ ਦਿੱਲੀ ਹਾਈਵੇ ਰੋਡ ਮੋਰਥਲ ਮੰਨਤ ਢਾਬਾ। ਬਾਬਾ ਜੀ ਕਿੱਧਰੋਂ ਆਏ ਆ? ਜਲੰਧਰ ਤੋਂ ਆਏ ਆ। ਏਦਾਂ ਹੀ ਜਲੰਧਰ ਤੋਂ ਆਏ ਆ ਇੱਥੇ ਸੈਗਲੀ ਤੇ। ਕਦੋਂ ਤੁਰੇ ਸੀ? ਵੀਰਵਾਰ ਦੇ ਤੁਰੇ ਹੋ। ਅੱਜ ਕੀ ਦਿਨ ਹੋ ਗਏ? ਬਿੱਲੇ ਮੰਗਲਵਾਰ ਹੋ ਗਿਆ। ਵੀਰ ਸ਼ੁੱਕਰ ਸ਼ਨੀ ਐ ਸੋਮ ਮੰਗਲ 5 ਦਿਨ ਲੱਗ ਗਿਆ ਤੁਹਾਨੂੰ ਆਉਣ ਨੂੰ। ਮਹਾਰਾਜ ਧੰਨਿਆ ਤੁਸੀਂ ਤਾਂ ਬਾਬਿਓ। ਮਹਾਰਾਜ ਤੁਸੀਂ ਆਉਣੇ ਦੇਦਾ ਖਾਣਾ ਪੀਣਾ ਦੱਸੋ ਕੀ ਆ? ਪਹਿਲਾਂ ਤਾਂ ਰੋਟੀ ਲੰਗਰ ਚਾਹ ਪਾਣੀ ਦੁੱਧ ਦੱਸੋ। ਆਨੰਦ ਮੰਗਲ ਆ ਜੀ। ਅੱਛਾ ਜੀ ਜਲੰਧਰ ਤੋਂ ਮੇਰਾ ਜ਼ਿਲ੍ਹਾ ਜਲੰਧਰ ਪੈਂਦਾ। ਪਿੰਡ ਮੇਰਾ ਬੈਲਗਾ ਦੇ ਆ। ਬੈਲਗਾ ਜਲੰਧਰ ਤੋਂ ਆਇਆ। ਖੇਤੀ ਕਰਦੇ ਜੀ? ਖੇਤੀ ਨਹੀਂ ਨਹੀਂ, ਨਾ ਮੇਰੀ ਖੇਤੀ ਆ ਨਾ ਮੇਰਾ ਕੁਛ ਆ। ਮੇਰਾ ਸਿਰਫ ਜ਼ਮੀਰ ਜਲੰਧਰ ਤੋਂ ਵੀ ਜਾਗਦਾ ਤੁਹਾਡਾ। ਮੰਗਲਵਾਰ ਦਾ ਤੁਰਿਆ ਵੀਰ? ਮੰਗਲਵਾਰ ਨਹੀਂ ਨਹੀਂ, ਵੀਰਵਾਰ ਦਾ। ਵੀਰਵਾਰ ਦੇ ਤੁਰੇ ਹੋ? ਅੱਜ ਮੰਗਲਵਾਰ ਹੋ ਗਿਆ। ਅੱਜ 5 ਦਿਨ ਅੱਜ ਹੋ ਗਿਆ ਤੇ ਹਜੇ ਹੁਣ ਦਿੱਲੀ ਪਹੁੰਚ ਜੂਗਾ ਤੁਸੀਂ ਅੱਜ ਸ਼ਾਮ ਤੱਕ? ਤੁਸੀਂ ਰਾਤ ਕਿੱਥੇ ਰਹਿੰਦੇ ਸੀ? ਰਾਤ ਜਿੱਦਾਂ ਮਤਲਬ ਉਧਰੋਂ ਜਦੋਂ ਤੁਰੇ ਸੀ ਤੇ ਸਾਹਮਣੇ ਵਾਲੇ ਗੁਰਦੁਆਰਾ ਸਾਹਿਬ ਆ ਵੱਡਾ। ਅੱਛਾ ਜੀ। ਤੇ ਉੱਥੇ ਹੀ ਸਟੇ ਕੀਤੀ ਸੀ। ਅੱਛਾ। ਤੇ ਸਾਡੇ ਜਿੱਦਾਂ ਜਿੱਦਾਂ ਅਸੀਂ ਤੁਰੇ ਆਏ ਆ ਉਦਾਂ ਉਦਾਂ ਸਾਨੂੰ ਜਿੱਦਾਂ ਹੋਟਲ ਵੱਡੇ ਮਿਲੇ ਆ, ਉਹਨਾਂ ਨੇ ਵੀ ਸਟੇਆ ਕਰਾਈਆਂ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਅੱਛਾ ਜੀ। ਕਿਉਂਕਿ ਉਹਨਾਂ ਨੇ ਵੀ ਰਾਤ ਨੂੰ ਵੀ ਸਟੇ ਕਰਾਉਣੀ ਤੇ ਰਾਤ ਦੀ ਰੋਟੀ ਪਾਣੀ ਜੋ ਸਵੇਰ ਦਾ ਚਾਹ ਪਾਣੀ ਉਹਨਾਂ ਨੇ ਆਪਣੇ ਕੋਲ ਦੇਣਾ। ਅੱਛਾ। ਬਹੁਤ ਧੰਨਵਾਦ ਜੀ। ਉਹਨਾਂ ਦਾ ਬਹੁਤ ਧੰਨਵਾਦ ਆ ਰਿਣੇ ਆ ਜਿਹੜਾ ਕਿ ਇੰਨੇ ਰਾਤ ਜਿਨ੍ਹਾਂ ਨੇ ਇੰਨਾ ਟਾਈਮ ਸਾਰਿਆ। ਜਲੰਧਰ ਤੋਂ ਹੱਲੇ ਵੀ ਜਿਹੜੇ ਘਰਾਂ ਚ ਬੈਠੇ ਆ ਨਿਕਲਿਆ ਉਹ ਬਾਬਾ ਜੀ ਨੂੰ ਦੇਖ ਕੇ ਕੋ ਕਰ ਲਓ ਸ਼ਰਮ। ਜਿਹੜਾ ਕੋ ਘਰ ਮੇਰਾ ਵੀਰ ਬੈਠਾ ਆ ਜਾਓ ਦਿੱਲੀ ਮੋਰਚੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।